ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਗੋਬਿੰਦ ਆਦੀਵਾਲ ਤੇ ਤੁਸੀਂ ਦੇਖ ਰਹੇ ਆ YouTube ਚੈਨਲ ਐਂਟਰਟੇਨਮੈਂਟ 13-13। ਜਿੱਦਾਂ ਕਿ ਬਾਈ ਹਰੇਕ ਬੰਦੇ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਹੈ, ਕੋਈ ਨਾ ਕੋਈ ਗੁਣ ਹੁੰਦਾ ਹੈ। ਇਦਾਂ ਹੀ ਬਾਈ ਆਪਣੇ ਕੋਲ ਪਹੁੰਚਿਆ ਇਹਨਾਂ ਦੇ ਵਿੱਚ ਜਿਹੜਾ ਗੁਣ ਹੈਗਾ, ਨਿਸ਼ਾਨ ਸਾਹਿਬ ਤੇ ਚੋਲਾ ਚੜ੍ਹਾਉਣ ਦੀ ਸੇਵਾ ਕਰਦੇ ਆ। ਗੁਣ ਚੜ੍ਹਾ ਕੋਈ ਵੀ ਸਕਦਾ ਪੀੜ੍ਹੀ ਦੇ ਨਾਲ, ਪਰ ਇਹਨਾਂ ਦੇ ਵਿੱਚ ਜਿਹੜਾ ਗੁਣ ਹੈਗਾ ਇਹ ਬਿਨਾਂ ਪੀੜ੍ਹੀ ਤੋਂ ਨਿਸ਼ਾਨ ਸਾਹਿਬ ਦੇ ਜਿਹੜੇ ਚੋਲੇ ਚੜ੍ਹਾਉਣ ਦੀ ਸੇਵਾ ਕਰ ਦਿੰਦੇ ਆ। ਬਾਈ ਨਾਲ ਗੱਲਬਾਤ ਕਰਦੇ ਆ। ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਕੀ ਨਾਂ ਹੈ ਤੁਹਾਡਾ? ਗੁਲਜਾਰ ਸਿੰਘ ਮਾਨਕ। ਅੱਛਾ, ਗੁਲਜਾਰ ਸਿੰਘ ਮਾਨਕ ਹੈ। ਪਿੰਡ ਕਿਹੜਾ ਬਾਈ ਜੀ ਤੁਹਾਡਾ? ਸੈਣਾ ਭਦੌੜ। ਅੱਛਾ, ਜਿਹੜਾ ਭਦੌੜ ਕੋਲੇ ਆ, ਸੈਣਾ ਪਿੰਡ ਹੈ। ਹਾਂਜੀ ਬਾਈ ਜੀ। ਕਿੰਨਾ ਟਾਈਮ ਹੋਗਾ ਤੁਹਾਨੂੰ ਨਿਸ਼ਾਨ ਸਾਹਿਬ ਤੇ ਚੋਲਾ ਚੜ੍ਹਾਉਂਦੇ ਨੂੰ? 30 ਸਾਲ ਹੋ ਗਏ ਜੀ। ਅੱਛਾ, 30 ਸਾਲ ਹੋ ਗਏ ਤੁਹਾਨੂੰ। ਤੇ ਕਿੱਦਾਂ ਚੜ੍ਹਾਉਣ ਲੱਗੇ ਤੁਸੀਂ? ਪਹਿਲਾਂ ਜੀ ਦਰਖਤ ਤੇ ਚੜ੍ਹੀ ਗਿਆ। ਹਾਂਜੀ। ਪਹਿਲਾਂ ਉਦੋਂ ਬਾਅਦ ਜੀ ਮੇਰੇ ਪਿੰਡ ਵਿੱਚ ਕੋਈ ਤਾਰ ਫਸ ਗਈ ਨਿਸ਼ਾਨ ਸਾਹਿਬ ਤੇ। ਹਾਂਜੀ। ਤੇ ਉਹਦੇ ਤੇ ਬਿਨਾਂ ਪੀੜ੍ਹੀ ਤੋਂ ਚੜ੍ਹ ਕੇ ਹਾਂਜੀ ਪੀੜ੍ਹੀ ਕੱਢ ਕੇ ਹਾਂਜੀ ਫਿਰ ਬੰਦੇ ਨੂੰ ਥੱਲੇ ਨੂੰ ਲਿਆਂਦਾ। ਹਾਂਜੀ। ਉਹਨਾਂ ਨੇ ਖਬਰ ਲਾਤੀ ਸੀ। ਹਾਂਜੀ। ਉੱਥੋਂ ਬਸ ਪਿੰਡਾਂ ਦੇ ਪਿੰਡ ਹੀ ਆਉਣ ਲੱਗ ਗਏ ਮੇਰੇ ਕੋਲੇ। ਅੱਛਾ, ਉਹ ਜਿਹੜੀ ਘਟਨਾ ਤੇਰੇ ਪਿੰਡ ਦੀ ਵਾਪਰੀ ਹੈ ਤੇ ਪਿੰਡ ਵਾਲਿਆਂ ਨੇ ਖਬਰ ਲਵਾਤੀ ਵੀ ਬੰਦਾ ਜਿਹੜਾ ਤਾਰ 'ਚ ਫਸਿਆ ਹੋਇਆ ਸੀਗਾ ਲਾ ਕੇ ਲੈ ਕੇ ਆਂਦਾ, ਉਹ ਜਿਹੜਾ ਬੰਦਾ ਤੁਸੀਂ ਤਾਰ ਲਾ ਕੇ ਲੈ ਕੇ ਆਂਦਾ, ਫਿਰ ਉਹ ਪੀੜ੍ਹੀ ਦੇ ਨਾਲ ਲੈ ਕੇ ਆਂਦਾ ਕਿੱਦਾਂ ਲੈ ਕੇ ਆਂਦਾ ਉਹਨੂੰ ਥੱਲੇ? ਇੱਕ ਸੀਨੀ ਵਾਲ ਪਿੰਡ ਲਾਇਆ ਸੀ ਜੀ ਬੰਦਾ, ਹਾਂਜੀ, ਉਹਨੂੰ ਮੋਢਿਆਂ ਤੇ ਚੱਕ ਕੇ ਲਿਆਂਦਾ ਪੈਰ ਧਰਾ ਕੇ। ਅੱਛਾ, ਵੱਡੇ ਸੀਨੀ ਵਾਲ। ਅੱਛਾ, ਉਹਦੇ ਜਿਹੜੇ ਪੈਰ ਆ ਉਹਦੇ ਤੁਸੀਂ ਮੋਢਿਆਂ ਤੇ ਰੱਖਾਂਗੇ? ਮੋਢਿਆਂ ਤੇ ਧਰਾਰੇ ਹੌਲੀ ਹੌਲੀ ਫਿਰ ਥੱਲੇ ਨੂੰ ਆਏ ਤੁਰਿਆ ਜੀ। ਠੀਕ ਹੈ, ਤੇ ਤੁਹਾਨੂੰ ਡਰ ਨਹੀਂ ਲੱਗਿਆ ਵੀ ਤੁਸੀਂ ਡਿੱਗ ਪੋਗੇ ਉਹ ਨਾ ਬੰਦੇ ਦੇ ਜੀ? ਵੀ ਨਾਲ ਸੱਟ ਵੱਜੀ? ਕਲੈਂਪ ਵਾਲੇ ਤਕੜੇ ਮਹਾਰਾਜ ਦੇ ਦਿੱਤੇ ਹੋਏ ਹੱਥਾਂ ਦੇ ਤੇ ਲੱਤਾਂ ਦੇ, ਇਹਨਾਂ ਨੂੰ ਤਕੜੇ ਕਰਕੇ ਬੰਦੇ ਦਾ ਭਾਰ ਝੱਲੀ ਆਇਆ ਤੇ ਤੁਰਿਆ ਥੱਲੇ ਨੂੰ। ਅੱਛਾ, ਦੇਖੋ ਜੀ, ਇੱਕ ਤਾਂ ਹੁੰਦੇ ਆ ਕਲੈਂਪ ਲੋਹੇ ਦੇ ਬਣੇ ਕਿਸੇ ਚੀਜ਼ ਨੂੰ ਪਕੜ ਕਰਨ ਵਾਸਤੇ, ਜਿਹੜੇ ਬਾਈ ਦਾ ਕਹਿਣਾ ਕਹਿੰਦੇ ਜਿਹੜੇ ਮੇਰੇ ਪੈਰ ਆ ਤੇ ਹੱਥ ਆ ਇਹ ਲੋਹੇ ਦੇ ਕਲੈਂਪਾਂ ਦਾ ਕੰਮ ਕਰਦੇ ਆ, ਪਰਮਾਤਮਾ ਵੱਲੋਂ ਇਹਨਾਂ ਨੂੰ ਇਹ ਚੀਜ਼ ਦਾ ਬਲ ਬਖਸ਼ਿਆ ਹੋਇਆ। ਤੇ ਬਾਈ ਜੀ ਜਿੰਨਾ ਮਰਜ਼ੀ ਉੱਚਾ ਨਿਸ਼ਾਨ ਸਾਹਿਬ ਹੋਵੇ ਉਨੇ ਉੱਚੇ ਚੜ੍ਹ ਜਾਂਦੇ ਬਿਨਾਂ ਪੀੜ੍ਹੀ ਤੋਂ? ਉਨੇ ਉੱਚੇ ਤੇ ਜੀ ਇੱਥੇ ਲੱਖੀ ਜੰਗਲ ਗੁਰਦੁਆਰਾ, ਉਹਦੇ ਕੋਲੇ ਭਾਈ ਜੀਤਾ ਗੁਰਦੁਆਰਾ, ਉਹਦੇ ਤੇ ਵੀ ਬਿਨਾਂ ਪੀੜ੍ਹੀ ਤੋਂ ਕੱਪੜਾ ਚੜ੍ਹਾ ਕੇ ਆਉਂਦੇ ਇੱਕ ਵਾਰੀ। ਕਿੰਨੇ ਫੁੱਟ ਆ ਜੀ ਉੱਥੋਂ ਦਾ ਉਹ? ਨਿਸ਼ਾਨ ਸਾਹਿਬ 140 ਫੁੱਟ ਜੀ ਨਿਸ਼ਾਨ ਸਾਹਿਬ। ਅੱਛਾ, 140 ਫੁੱਟ ਦਾ ਨਿਸ਼ਾਨ ਸਾਹਿਬ ਹੈ ਬਾਈ ਜੀ। ਭਾਈ ਜੀਤਾ ਜੀ ਦਾ ਗੁਰਦੁਆਰਾ ਲੱਖੀ ਸ਼ਾਹ ਲੱਖੀ ਜੰਗਲ ਗੁਰਦੁਆਰੇ ਲੱਖੀ ਜੰਗਲ ਗੁਰਦੁਆਰੇ ਦੇ ਕੋਲੇ ਆ, ਗੋਨਿਆਣਾ ਮੰਡੀ ਗੋਨਿਆਣਾ ਮੰਡੀ ਦੇ ਕੋਲੇ ਆ, ਉੱਥੇ 140 ਫੁੱਟ ਦਾ ਨਿਸ਼ਾਨ ਸਾਹਿਬ ਹੈ ਬਿਨਾਂ ਪੀੜ੍ਹੀ ਤੋਂ ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਚੜ੍ਹਾ ਕੇ ਆਏ ਆ ਬਾਈ। ਦੇਖੋ ਬਾਈ, ਹਰੇਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਬਾਈ, ਤੁਹਾਨੂੰ ਡਰ ਨਹੀਂ ਲੱਗਦਾ ਚੜਾਉਣ ਦੇ ਨੂੰ? ਜਮਾ ਨਹੀਂ, ਪਰਮਾਤਮਾ ਮੈਨੂੰ ਤਾਂ ਇਹ ਲੱਗਦੀ ਹੈ ਵੀ ਧਰਤੀ ਤੇ ਫਿਰਦਾ। ਅੱਛਾ, ਨਿਸ਼ਾਨ ਸਾਹਿਬ ਜਿੰਨਾ ਮਰਜ਼ੀ ਉੱਚਾ ਹੋਵੇ, ਜਿੰਨਾ ਮਰਜ਼ੀ ਉੱਚਾ ਹੋਵੇ ਜੀ, ਤੇ ਤੁਹਾਨੂੰ ਆਈ ਲੱਗਦਾ ਵੀ ਮੈਂ ਧਰਤੀ ਤੇ ਫਿਰਦਾ? ਹਾਂ, ਆਈ ਲੱਗਦਾ ਜੀ, ਮੈਨੂੰ ਤਾਂ ਨਿਗਾਹ ਹੀ ਐਸੀ ਬਣ ਜਾਂਦੀ ਹੈ ਮੇਰੀ। ਠੀਕ ਹੈ, ਹੋਰ ਤੁਹਾਨੂੰ ਆਸ ਹੈਗੀ ਆ ਵੀ ਤੁਸੀਂ ਕਿੰਨਾ ਟਾਈਮ ਹੋਰ ਸੇਵਾ ਕਰੋਗੇ? ਹੋਰ ਜੀ 40 ਸਾਲ ਹੋਰ ਸੇਵਾ ਕਰੀ ਜਾਊ। ਇੱਕ ਚੀਜ਼ ਐਸੀ ਕਾਢ ਕੱਢੀ ਵੀ ਕੋਈ, ਉਹਨੂੰ ਕਸ ਕਸ ਕੇ ਚਾਹੇ ਬੁੜਾ ਹੋ ਜਾ ਫਿਰ ਵੀ ਚੜੀ ਜਾਇਆ ਕਰੂ, ਉਹ ਪਹਿਲਾਂ ਹੀ ਕਾਢ ਕੱਢੀ ਬੈਠਾ ਹੁਣ। ਠੀਕ ਹੈ ਜੀ। ਉਹ ਸਮਾਧ ਭਾਈ ਕੀ ਕੰਮ ਕਰਿਆ ਸੀ, ਉਹ ਮੈਨੂੰ ਕਹਿੰਦੇ ਲੈ ਜਾ ਤੂੰ ਇਹ ਚੀਜ਼। ਮੈਂ ਕਿਹਾ ਮੈਂ ਤਾਂ ਜਦੋਂ ਬੁੜਾ ਹੋ ਗਿਆ ਇਹ ਚੀਜ਼ ਉਦੋਂ ਵਰਤੂੰਗਾ, ਮੈਂ ਲਿਆਂਦੀ ਨਹੀਂ। ਅੱਛਾ, ਉਹ ਜਿਹੜੀ ਚੀਜ਼ ਬਣਾਈ ਆ ਉਹ ਸਮਾਧ ਭਾਈ ਕੀ ਰੱਖ? ਹਾਂ, ਭਾਈ ਰੂਪ ਚੰਦ ਦੇ ਗੁਰਦੁਆਰੇ ਸੀ, ਉੱਥੇ ਪੀੜ੍ਹੀ ਅੜ ਗਈ ਸੀ, ਉੱਥੇ ਵੀ ਦੋ ਵਾਰੀ ਕੱਢ ਕੇ ਆਇਆ। ਠੀਕ ਆ, ਉੱਥੇ ਦੋ ਵਾਰੀ ਕੱਢੀ ਆ। ਠੀਕ ਹੈ, ਠੀਕ ਹੈ ਬਾਈ ਜੀ। ਤੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ। ਕਈ ਵਾਰੀ ਪਿੰਡਾਂ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਆ, ਜਾਂ ਤਾਰ ਟੁੱਟ ਗਈ, ਜਾਂ ਉੱਪਰਲੀਆਂ ਪੌੜੀਆਂ ਟੁੱਟ ਗਈਆਂ, ਜਾਂ ਕਈ ਵਾਰੀ ਬੰਦਾ ਥਾਂ ਫਸ ਜਾਂਦਾ ਹੈ, ਉਹਨੂੰ ਲਾਉਣ ਵਾਸਤੇ ਜਿਹੜਾ ਬਾਈ ਦਾ ਨੰਬਰ ਹੈ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦੇਵਾਂਗੇ, ਬਾਈ ਨਾਲ ਕਨੈਕਟ ਕਰ ਸਕਦੇ ਆ ਕਦੇ ਵੀ ਕਿਤੇ ਵੀ ਲੋੜ ਪਵੇ। ਤਾਂ ਬਾਈ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰੇਕ ਕੋਲੇ ਵੀਡੀਓ ਪਹੁੰਚ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ। ਠੀਕ ਹੈ, ਮੈਂ ਰਾਹ ਦੀ ਰਾਹ ਦੇ ਪਾਣੀ ਛੱਡ ਪਾ ਦਿੱਤੇ। ਬਾਈ ਦਾ ਨਾਮ ਮਾਨਕ ਸਿੰਘ ਹੈ ਜੀ। ਤੇ ਸੈਣਾ ਪਿੰਡ ਪਿੰਡ ਬਾਈ ਦਾ ਹੈਗਾ ਸੈਣਾ, ਤੇ ਨਿਸ਼ਾਨ ਸਾਹਿਬ ਤੇ ਚੋਲੇ ਚੜ੍ਹਾਉਣ ਦੀ ਸੇਵਾ ਕਰਦਾ। ਬਿਨਾਂ ਪੀੜ੍ਹੀ ਤੋਂ ਤਾਰ ਪਾਉਣੀ ਕੋਈ ਵੀ ਕੰਮ ਕਰਨਾ, ਕਈ ਵਾਰੀ ਬੰਦੇ ਵੀ ਫਸ ਜਾਂਦੇ ਆ ਤਾਂ ਨਿਸ਼ਾਨ ਸਾਹਿਬ ਤੇ, ਉਹ ਬੰਦੇ ਵੀ ਇਹ ਬੰਦਾ ਲਾਹ ਕੇ ਲਿਆਉਂਦਾ। ਅੱਜ ਬਾਈ ਪਹੁੰਚਿਆ ਪਿੰਡ ਮਾਣੂ ਕੇ ਗਿੱਲ, ਜਿੱਥੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ
ਉਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇੱਥੇ ਅੱਜ ਨਗਰ ਕੀਰਤਨ ਆ, ਕੱਲ ਨੂੰ ਨਗਰ ਕੀਰਤਨ ਆ ਤੇ ਨਿਸ਼ਾਨ ਸਾਹਿਬ ਦੀ ਚੋਲਾ ਕਰਨ ਪਹੁੰਚਿਆ ਬਾਈ ਮਾਨਕ ਸਿੰਘ ਸੈਣਾ ਪਿੰਡ ਤੋਂ। ਅੱਗੇ ਵੀ ਸਾਡੇ ਚੜਾ ਕੇ ਜਾਂਦਾ ਸਿੰਘ ਇਹ। ਜਿਹੜਾ ਸਮਾਨ ਬਾਈ ਨੂੰ ਦੇ ਕੇ ਭੇਜਿਆ ਸੀਗਾ ਚੋਲਾ ਸਾਹਿਬ, ਉਹ ਬਾਈ ਨੇ ਹੁਣ ਖੋਲ ਲਿਆ। ਲਓ ਜੀ ਚੋਲਾ ਸਾਹਿਬ ਵੀ ਬਾਈ ਜੀ ਨੇ ਖੋਲ ਲਿਆ, ਹੁਣ ਨਿਸ਼ਾਨ ਸਾਹਿਬ ਤੇ ਚੋਲਾ ਪਾਉਣ ਦੀ ਜਿਹੜੀ ਹੈ ਤਿਆਰੀ ਹੈ ਬਿਲਕੁਲ। ਨਿਸ਼ਾਨ ਸਾਹਿਬ ਦਾ ਜਿਹੜਾ ਫਰਲਾ ਹੈ ਜੀ ਉਹਨੂੰ ਵੀ ਬੰਨਣ ਦੀ ਜਿਹੜੀ ਚੂੜਾ ਚੜ੍ਹਾਉਣ ਦੀ ਹੈ, ਨਾਲ ਫਰਲਾ ਲਾਉਣ ਦੀ ਵੀ ਤਿਆਰੀ ਹੈ। ਸਤਿ ਸ੍ਰੀ ਅਕਾਲ।
सारी